पहला कानून है फार्मर्स प्रोड्यूस ट्रेड एंड कॉमर्स प्रमोशन एंड फैसिलिटेशन है। इस दे हिसाब दे नाल जिवें आपां फसल आपां पहला बेचदे हां भी मंडी दे विच जांदे हां साडी फसल नूं आढ़तिया साफ करवाउंदा है ते उसकी लोडिंग करवा दिंदा है। इस तरीके दे नाल जदों असीं मंडी च फसल बेचदे हां ते 8.5% टैक्स लगदा सानूं ते सरकार कहिंदी है कि असीं वन नेशन वन मार्केट बनाउणा चाहुंदे हां पर इह जो तीन कानून आए ने इहनां दे नाल वन नेशन वन मार्केट नहीं बनेगी। इहनां दे नाल एक नेशन ते दो मंडियां बनणगियां। एक जो सरकारी मंडी है जिहदे विच आपां हुण फसल बेचदे हां ਉਹਨੂੰ APMC ਮੰਡੀ ਵੀ ਕਿਹਾ ਜਾਂਦਾ ਹੈ। ਉਸ ਦੇ ਵਿੱਚ ਸਾਡੇ ਤੇ 8.5% ਟੈਕਸ ਲੱਗਦਾ ਹੈ ਤੇ ਦੂਸਰੀ ਜਿਹੜੀ ਸਰਕਾਰ ਬਣਾਉਣਾ ਚਾਹੁੰਦੀ ਹੈ ਕਿ ਪ੍ਰਾਈਵੇਟ ਪਲੇਅਰਾਂ ਦੇ ਹੱਥ ਵਿੱਚ ਦੇ ਕੇ ਇਸ ਸਰਕਾਰੀ ਮੰਡੀ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ। ਹੁਣ ਜਦੋਂ ਅਸੀਂ ਆਪਣੀ ਕਣਕ ਵੇਚਣ ਜਾਵਾਂਗੇ ਤੇ ਅਸੀਂ ਕਹਾਂਗੇ ਵੀ ਸਾਨੂੰ 8.5% ਟੈਕਸ ਨਾ ਦੇਣਾ ਪਵੇ ਇਸ ਲਈ ਅਸੀਂ ਮੰਡੀ ਤੋਂ ਬਾਹਰ ਫਸਲ ਵੇਚ ਦੇਵਾਂਗੇ। ਜਦੋਂ ਅਸੀਂ ਮੰਡੀ ਤੋਂ ਬਾਹਰ ਫਸਲ ਵੇਚਾਂਗੇ ਤੇ ਉਹਦੇ ਨਾਲ ਜੋ ਮੰਡੀ ਹੈ ਹੌਲੀ ਹੌਲੀ 2 ਨਹੀਂ 4 ਨਹੀਂ 5 ਸਾਲ ਤੱਕ ਖਤਮ ਹੋ ਜਾਏਗੀ। ਜਿਵੇਂ APMC ਮੰਡੀ ਖਤਮ ਹੋਏਗੀ ਤੇ ਜੋ ਪ੍ਰਾਈਵੇਟ ਪਲੇਅਰ ਹੈ ਉਹ ਆਪਣੀ ਮਨਮਰਜ਼ੀ ਕਰਨੀ ਸ਼ੁਰੂ ਕਰ ਦੇਗਾ। ਜਦੋਂ ਉਸਨੇ 5-4 ਸਾਲ ਬਾਅਦ ਆਪਣੀ ਮਰਜ਼ੀ ਦੇ ਨਾਲ ਭਾਅ ਲਾਉਣਾ ਹੈ ਫਿਰ ਕਿਸਾਨ ਇਸ ਤਰ੍ਹਾਂ ਡੁੱਬੇਗਾ ਕਿ ਕੰਟਰੈਕਟ ਫਾਰਮਿੰਗ ਦੇ ਵਿੱਚ ਕਿਸਾਨ ਨੂੰ ਲੈ ਲੈਣਾ ਹੈ। ਜਦੋਂ ਕੰਟਰੈਕਟ ਫਾਰਮਿੰਗ ਦੇ ਵਿੱਚ ਕਿਸਾਨ ਨੂੰ ਲੈ ਲਿਆ ਤੇ ਉਸਦੀ ਫਸਲ ਆਪਣੇ ਆਪ ਹੀ ਉਸਦੇ ਕੋਲੋਂ ਖੋਈ ਜਾਣੀ ਹੈ ਉਸਦੀ ਜ਼ਮੀਨ ਉਸਦੇ ਕੋਲੋਂ ਖੋਈ ਜਾਣੀ ਹੈ। ਇਸ ਲਈ ਪਹਿਲੀ ਚੀਜ਼ ਤੇ ਇਹ ਜੋ ਪਹਿਲਾ ਕਾਨੂੰਨ ਹੈ ਇਹ ਸੰਵਿਧਾਨ ਦੇ ਹਿਸਾਬ ਦੇ ਨਾਲ ਹੀ ਗਲਤ ਹੈ। ਸੰਵਿਧਾਨ ਦੇ ਹਿਸਾਬ ਦੇ ਨਾਲ ਜਿਹੜਾ ਐਗਰੀਕਲਚਰ ਹੈ ਯਾਨੀ ਕਿ ਖੇਤੀਬਾੜੀ ਆ ਉਹ ਸਟੇਟ ਦਾ ਵਿਸ਼ਾ ਵਾ ਨਾ ਕਿ ਸੈਂਟਰ ਦਾ ਵਿਸ਼ਾ। ਪਰ ਮੋਦੀ ਸਰਕਾਰ ਧੱਕੇ ਦੇ ਨਾਲ ਇਹ ਕਿਸਾਨਾਂ ਦੇ ਉੱਤੇ ਕਾਨੂੰਨ ਥੋਪ ਰਹੀ ਆ ਜਿਸ ਦਾ ਜਵਾਬ ਦੇਣ ਲਈ ਇਹ ਅੰਦੋਲਨ ਹੋ ਰਹੇ ਆ ਕਿਉਂਕਿ ਜੇਕਰ ਕਿਸਾਨੀ ਬਚੇਗੀ ਤਾਂ ਹੀ ਇਸ ਦੇਸ਼ ਦੀ ਅਰਥ ਵਿਵਸਥਾ ਬਚੇਗੀ ਤਾਂ ਹੀ ਇਹ ਦੇਸ਼ ਬਚੇਗਾ। ਇਹ ਪਹਿਲਾ ਕਾਨੂੰਨ ਹੈ ਜਿਸ ਦੇ ਬਾਰੇ ਮੈਂ ਆਪ ਜੀ ਦੇ ਨਾਲ ਗੱਲ ਕੀਤੀ ਜਿਸ ਤੋਂ ਸਭ ਤੋਂ ਵੱਡਾ ਖਤਰਾ ਹੈ ਕਿ ਜੋ ਛੋਟੇ ਕਿਸਾਨ ਨੇ ਹਿੰਦੁਸਤਾਨ ਦੇ ਵਿੱਚ ਤਕਰੀਬਨ 75% ਉਹ ਕਿਸਾਨ ਨੇ ਜਿਨ੍ਹਾਂ ਦੇ ਕੋਲ 5 ਕਿੱਲੇ ਜਾਂ ਉਸ ਤੋਂ ਘੱਟ ਜ਼ਮੀਨ ਹੈ। ਜੇ ਇਹ ਪਹਿਲਾ ਕਾਨੂੰਨ ਜਿਸ ਤਰ੍ਹਾਂ ਲਾਗੂ ਹੋ ਜਾਂਦਾ ਹੈ 5 ਨਹੀਂ 7 ਸਾਲ ਤੱਕ ਤੁਹਾਡੇ ਕੋਲੋਂ ਤੁਹਾਡੀ ਜ਼ਮੀਨ ਜਾਏਗੀ ਜਾਏਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਹਦੀ ਉਦਾਹਰਨ ਸਾਨੂੰ ਇੱਧਰੋਂ ਹੀ ਮਿਲਦੀ ਹੈ। ਪਹਿਲਾਂ ਸਰਕਾਰੀ ਹਸਪਤਾਲ ਹੁੰਦੇ ਸੀ ਉਦੋਂ ਸਰਕਾਰੀ ਹਸਪਤਾਲਾਂ ਦਾ ਜੋ ਮਿਆਰ ਸੀ ਜੋ ਸਟੈਂਡਰਡ ਸੀ ਉਹ ਪਹਿਲਾਂ ਨਾਲੋਂ ਬਹੁਤ ਵਧੀਆ ਸੀ ਪਹਿਲਾਂ। ਪਰ ਜਦੋਂ ਪ੍ਰਾਈਵੇਟ ਹਸਪਤਾਲ ਆ ਗਏ ਤੇ ਸਰਕਾਰੀ ਹਸਪਤਾਲਾਂ ਦੀ ਅੱਜ ਕੀ ਹਾਲਤ ਹੈ ਸਰਕਾਰੀ ਸਕੂਲਾਂ ਦੀ ਅੱਜ ਕੀ ਹਾਲਤ ਹੈ ਉਹ ਮੈਨੂੰ ਲੱਗਦਾ ਦੱਸਣ ਦੀ ਲੋੜ ਨਹੀਂ। ਇਸੇ ਤਰੀਕੇ ਦੇ ਨਾਲ ਜੇ 3 ਕਾਨੂੰਨ ਆਉਂਦੇ ਨੇ ਪਹਿਲਾ ਕਾਨੂੰਨ ਜਿਹਨਾਂ ਤੁਹਾਡੀ ਜ਼ਮੀਨ ਖੋਈ ਜਾਏਗੀ ਦੂਸਰਾ ਕਾਨੂੰਨ ਇਹ ਬਣਾਇਆ ਗਿਆ ਹੈ ਕਿ ਫਾਰਮਰਸ ਐਗਰੀਮੈਂਟ ਆਫ ਅਸ਼ੋਰੈਂਸ ਆਫ ਪ੍ਰਾਈਸ ਐਂਡ ਫਾਰਮਿੰਗ ਸਰਵਿਸਿਸ ਹੈ ਇਹ ਦੂਸਰਾ ਕਾਨੂੰਨ ਹੈ। ਇਹ ਕਾਨੂੰਨ ਦੇ ਹਿਸਾਬ ਦੇ ਨਾਲ ਮੰਨ ਲਓ ਤੁਸੀਂ ਕਿਹਾ ਕਿ ਸਾਨੂੰ ਸਾਡੀ ਫਸਲ ਦੀ ਪੂਰੀ ਕੀਮਤ ਨਹੀਂ ਮਿਲੀ ਵੀ ਅਸੀਂ ਕੋਰਟ ਦੇ ਵਿੱਚ ਜਾਣਾ ਚਾਹੁੰਦੇ ਹਾਂ ਇਹਦੇ ਵਿੱਚ ਸਿਰਫ ਤੁਸੀਂ SDM ਤੱਕ ਪਹੁੰਚ ਕਰ ਸਕਦੇ ਹੋ ਤੇ ਜੇ SDM ਇੱਕ ਰੀਕਨਸਿਡਰੇਸ਼ਨ ਬੋਰਡ ਬਣਾਏਗਾ ਸਿੱਧੇ ਲਫ਼ਜ਼ਾਂ 'ਚ 5 ਮੈਂਬਰਾਂ ਦੀ ਕਮੇਟੀ ਬਣਾ ਦੇਗਾ। ਜਿਹੜੀ ਇਹ 5 ਮੈਂਬਰਾਂ ਦੀ ਕਮੇਟੀ ਆਊਗੀ ਇਹ ਦੱਸੂਗੀ ਵੀ ਕਿਸਾਨ ਨੂੰ ਸਹੀ ਮੁੱਲ ਮਿਲਿਆ ਜਾਂ ਨਹੀਂ ਮਿਲਿਆ। ਜੇ 5 ਮੈਂਬਰੀ ਕਮੇਟੀ ਨੇ ਕਹਿ ਦਿੱਤਾ ਕਿ ਕਿਸਾਨ ਨੂੰ ਜੀ ਸਹੀ ਮੁੱਲ ਮਿਲਿਆ ਤੇ ਤੁਸੀਂ ਨਾ ਕਿਤੇ ਹਾਈ ਕੋਰਟ 'ਚ ਜਾ ਸਕਦੇ ਹੋ ਨਾ ਕਿਤੇ ਸੁਪਰੀਮ ਕੋਰਟ 'ਚ ਜਾ ਸਕਦੇ ਹੋ। ਤੁਹਾਡੀ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਸਿਰਫ ਉੱਥੇ ਤੁਹਾਡੀ ਕਹਾਣੀ ਖਤਮ ਹੋ ਜਾਏਗੀ। ਮੰਨ ਲਓ ਅਸੀਂ ਕਿਸੇ ਬਾਹਰ ਦੇ ਆਈ ਵੱਡੀ ਕੰਪਨੀ ਨੂੰ ਆਪਣੀ ਫਸਲ ਵੇਚ ਦਿੱਤੀ ਤੇ ਉਹ ਕੰਪਨੀ ਸਾਡੀ ਫਸਲ ਤੇ ਖਰੀਦ ਲਈ ਪਰ ਉਹਦੇ ਪੈਸੇ ਕਹਿੰਦੇ ਅਸੀਂ ਤੁਹਾਨੂੰ ਮਹੀਨੇ ਤੱਕ ਦਿੰਦੇ ਹਾਂ ਬਾਅਦ ਵਿੱਚ ਸਾਨੂੰ ਲੱਭੇ ਹੀ ਨਾ ਤੇ ਉਸ ਦੇ ਬਾਰੇ ਵੀ ਕੋਈ ਇਸ ਦੇ ਵਿੱਚ ਜ਼ਿਕਰ ਨਹੀਂ ਕਿ ਤੁਸੀਂ ਨਾ ਕਿਤੇ ਕੋਰਟ ਦੇ ਵਿੱਚ ਜਾ ਸਕਦੇ ਹੋ ਨਾ ਦਲੀਲ ਹੈ ਕੋਈ ਤਾਂ ਨਾ ਹੀ ਤੁਸੀਂ ਅਪੀਲ ਕਰ ਸਕਦੇ ਹੋ। ਤੀਸਰਾ ਜਿਹੜਾ ਉਹ ਕਾਨੂੰਨ ਨਹੀਂ ਉਹ ਅਮੈਂਡਮੈਂਟ ਹੈ ਅਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਐਕਟ ਮਤਲਬ ਸੋਧ ਕੀਤਾ ਇੱਕ ਕਾਨੂੰਨ ਦੇ ਵਿੱਚ।
वाहेगुरु जी का खालसा, वाहेगुरु जी की फतेह।